ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਕੱਲ੍ਹ ਵਾਪਰੀ ਦਰਬਾਰ ਸਾਹਿਬ ਵਿਖੇ ਮੰਦਭਾਗੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਚੁਪਾਸਿਓਂ ਨਿੰਦਾ ਹੋ ਰਹੀ ਹੈ। ਦਿੱਲੀ ਤੋਂ ਨਾਮਵਰ ਸਿੱਖ ਆਗੂ ਤੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਚੁੱਕੇ ਮਨਜਿੰਦਰ ਸਿੰਘ ਸਿਰਸਾ ਇਸ ਵਕਤ ਸਕਾਈ ਨਿਊਜ਼ ਪੰਜਾਬ ਨਾਲ ਜੁੜੇ ਹੋਏ ਨੇ। ਸਿਰਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਪਤਾ ਲੱਗਿਆ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਕੁਝ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਹਨਾਂ ਨੇ ਕੋਈ ਭਰੋਸਾ ਦਿੱਤਾ ਹੈ ਜਾਂਚ ਦਾ, ਦੱਸੋਗੇ ਜੀ ਉਹਦੇ ਬਾਰੇ ਕੀ ਹੈ? ਹਾਂ, ਜਦ ਮੈਂ PTC ਦੇ ਅੱਗੇ ਬੈਠਾ ਦੇਖ ਹੀ ਰਿਹਾ ਸੀ ਜਦੋਂ ਇਹ ਸਭ ਹਮਲਾ ਹੈ, ਮੈਂ ਲਾਈਵ ਵੀ ਦੇਖ ਰਿਹਾ ਸੀਗਾ ਤੇ ਮੈਂ ਵੀ ਬੜਾ ਇੱਕਦਮ ਸ਼ੌਕ ਹੋਇਆ। ਜੀ ਜੀ। ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਪਤਾ ਲੱਗ ਗਿਆ ਔਰ ਉੱਥੋਂ ਜਾਣਕਾਰੀ ਆਉਣ ਲੱਗ ਪਈ, ਮੈਂ ਫੋਨ ਤੇ ਵੀ ਗੱਲ ਕੀਤੀ, ਫਿਰ ਮੈਂ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਫੋਨ ਕੀਤਾ ਮਹਾਰਾਸ਼ਟਰ ਸਟੇਟ ਪ੍ਰੋਗਰਾਮ 'ਚ। ਜੀ। ਉਹਨਾਂ ਨੇ ਮੈਂ ਉਹਨੂੰ ਦੱਸੀ ਸਾਰੀ ਗੱਲ, ਉਹਨੇ ਕਿਹਾ ਹੁਣ ਮੈਨੂੰ ਵੀ ਜਾਣਕਾਰੀ ਮਿਲੀ ਆ ਤੇ ਕੀ ਹੈ, ਮੈਂ ਉਹਨੂੰ ਸਾਰੀ ਗੱਲ ਦੱਸੀ। ਮੈਂ ਕਿਹਾ ਦੇਖੋ, 1984 'ਚ ਇੱਕ ਵਾਰ ਸ੍ਰੀ ਦਰਬਾਰ ਸਾਹਿਬ 'ਤੇ ਸਰਕਾਰ ਵੱਲੋਂ ਜਿਹੜੀ ਕਾਂਗਰਸ ਵੱਲੋਂ ਹਮਲਾ ਕਰਾਇਆ ਗਿਆ, ਅੱਜ ਤੱਕ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਔਰ ਸਭ ਤੋਂ ਸੇਫੈਸਟ ਜਗ੍ਹਾ ਵੀ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਲੱਖਾਂ ਲੋਕ ਆਉਂਦੇ ਨੇ, ਹਰ ਧਰਮ ਦੇ ਲੋਕ ਆਉਂਦੇ ਨੇ ਔਰ ਆ ਕੇ ਸੀਸ ਨਵਾਉਂਦੇ ਨੇ, ਪਰ ਕੋਈ ਚੈਕਿੰਗ ਨਹੀਂ ਕਿਸੇ ਦੀ, ਕੋਈ ਧਰਮ ਨਹੀਂ ਦੇਖਿਆ ਜਾਂਦਾ। ਇਹ ਘਟਨਾ ਜਿਹੜੀ ਆ ਇਹ ਬਹੁਤ ਹੀ ਦੁਖਦਾਈ ਆ ਔਰ ਇਸ ਦੀ ਜਾਂਚ ਜਿਹੜੀ ਆ ਇਸ ਤਰੀਕੇ ਹੋਣੀ ਚਾਹੀਦੀ ਕਿ ਪਤਾ ਲੱਗੇ ਹੈ ਕੀ ਆ। ਉਹਨਾਂ ਕਿਹਾ ਮੇਰੇ ਵੱਲੋਂ ਵੀ ਤੁਸੀਂ SGPC ਨਾਲ ਗੱਲ ਕਰਕੇ ਉਹਨਾਂ ਨੂੰ ਕਹੋ ਕਿ ਜਿੱਥੇ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਅਫਸੋਸ ਆ ਉੱਥੇ ਜੋ ਵੀ ਅਸੀਂ ਕਰ ਸਕਦੇ ਹਾਂ ਸਾਨੂੰ ਦੱਸਣਾ। ਔਰ ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਪੰਜਾਬ ਨਾਲ ਵੀ ਹੁਣੇ ਗੱਲ ਕਰੂੰਗਾ ਤੇ ਜੋ ਵੀ ਅਸੀਂ ਕਰ ਸਕਦੇ ਹੋਵਾਂਗੇ ਇਹਦੇ ਵਾਸਤੇ ਅਸੀਂ ਜ਼ਰੂਰ ਕਰਾਂਗੇ, ਕਿਉਂਕਿ ਜੋ ਆਪਾਂ ਸਾਰੇ ਮੰਨਦੇ ਹਾਂ ਕਿ ਗੁਰੂ ਸਾਹਿਬ ਦਾ ਉਪਦੇਸ਼ ਤੇ ਸੰਦੇਸ਼ ਮਾਨਵਤਾ ਲਈ ਆ, ਨਾ ਕਿ ਕਿਸੇ ਇੱਕ ਧਰਮ ਲਈ ਵਿਸ਼ੇਸ਼ ਕਿਤੇ। ਸਿਰਸਾ ਸਾਹਿਬ, ਜਿਵੇਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਪਿਛਲੀ ਵਾਰ ਦੀਆਂ ਚੋਣਾਂ ਬਹੁਤ ਸਾਰੇ ਲੋਕ ਜਾਣਦੇ ਨੇ ਚੰਗੀ ਤਰ੍ਹਾਂ, ਜਿਹੜੇ ਵਿਸ਼ਲੇਸ਼ਣ ਕਰਦੇ ਹੁੰਦੇ ਨੇ ਚੋਣਾਂ ਦਾ, ਐਨਾਲਾਈਜ਼ ਕਰਦੇ ਹੁੰਦੇ ਨੇ ਕਿ ਬੇਅਦਬੀ ਦੀਆਂ ਘਟਨਾਵਾਂ ਬਹੁਤ ਪ੍ਰਭਾਵਿਤ ਕਰਦੀਆਂ ਪੰਜਾਬ ਦੀ ਰਾਜਨੀਤੀ ਨੂੰ। ਕੀ ਲੱਗਦਾ ਹੈ ਕਿ ਉਦੋਂ ਤਾਂ 2 ਸਾਲ ਰਹਿ ਗਏ ਸੀ ਚੋਣਾਂ ਦੇ ਵਿੱਚ, 2015 'ਚ ਘਟਨਾਵਾਂ ਵਾਪਰੀਆਂ ਸੀ, ਇਤਫਾਕ ਵਸ ਤੁਸੀਂ ਵੀ ਉਸੇ ਪਾਰਟੀ 'ਚ ਸ਼ਾਮਿਲ ਸੋ ਉਦੋਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੀ ਸਰਕਾਰ ਸੀ, ਹੁਣ 2 ਮਹੀਨੇ ਰਹਿ ਗਏ ਨੇ, ਉਸ ਨਜ਼ਰੀਏ ਤੋਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਘਟਨਾ ਨੂੰ ਤੁਸੀਂ? ਦੇਖੋ, ਇੱਕ ਗੱਲ ਤੇ ਪੱਕੀ ਆ ਕਿ ਇਹਦੇ ਪਿੱਛੇ ਕੋਈ ਸਾਜਿਸ਼ ਆ ਜੀ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ 2 ਦਿਨ ਪਹਿਲਾਂ ਜੋ ਦੱਸਿਆ ਗਿਆ, ਉੱਥੇ ਮੇਰੀ ਹੁਣੇ ਗੱਲ ਹੋਈ ਸੀ ਕੱਲ੍ਹ, ਮਤਲਬ SGPC ਵਾਲਿਆਂ ਨਾਲ ਗੱਲ ਹੋਈ ਸੀ, ਉਹਨਾਂ ਦੱਸਿਆ ਜੀ ਕਿ 1 ਦਿਨ ਪਹਿਲਾਂ ਵੀ ਗੁਟਕਾ ਸਾਹਿਬ ਦੇ ਜਿਹੜੇ ਸੀ ਉਹ ਸਰੋਵਰ 'ਚ ਪਾਏ ਗਏ, ਉਹਦੀ ਪੁਲਿਸ ਨੂੂੰ ਜਾਣਕਾਰੀ ਦਿੱਤੀ ਗਈ ਜੀ ਜੀ। ਹੁਣ ਗੱਲ ਇਹ ਆ ਕਿ ਇਹ ਅਗਰ ਤੁਸੀਂ ਬਾਅਦ 'ਚ ਵੀਡੀਓ ਤੇ ਲੇਟਰ ਆਈ ਆ, ਭਾਵੇਂ ਘੰਟੇ ਡੇਢ ਬਾਅਦ ਆਈ CCTV ਦੀ, ਤੁਸੀਂ ਦੇਖੋ ਮੁੰਡਾ ਨੋਰਮਲ ਆ ਜੀ। ਕਈ ਵਾਰ ਦੇਖੋ ਕੁਛ ਲੋਕ ਮਾਨਸਿਕ ਸੰਤੁਲਨ ਵਿਗੜਿਆ ਵੀ ਹੁੰਦਾ, ਕਮਲੇ ਵੀ ਹੋ ਸਕਦਾ ਹੈ, ਲੇਕਿਨ ਇਹ ਮੁੰਡਾ ਤੇ ਛਾਤਰ ਆ, ਖਾਲੀ ਤੇਜ਼ ਛਾਤਰ ਨੋਰਮਲ ਹੀ ਨਹੀਂ, ਜ਼ੁਬਾਨੀ ਕਲਾਮੀ ਰਿਐਕਟ ਵੀ ਕਰ ਰਿਹਾ ਹੈ ਉਹ ਨਹੀਂ। ਔਰ ਉਹਨੇ ਬੜਾ ਇੱਕ ਤਰੀਕੇ ਦੇ ਨਾਲ ਉਹਨੇ ਪਹਿਲਾਂ ਵੇਟ ਕੀਤੀ ਕਿ ਜਦੋਂ ਸਭ ਦਾ ਮੂੰਹ ਪਰਾਉਂਦਾ ਫਿਰ ਇੱਕਦਮ ਛਲਾਂਗ ਮਾਰ ਕੇ ਉਹ ਉੱਧਰ ਨੂੰ ਚੜ ਜਾਂਦਾ ਜੀ, ਤੇ ਉਹਨੇ ਪਰਪਸਲੀ ਕੀਤਾ ਹੈ। ਹੁਣ ਗੱਲ ਬੜੀ ਇੰਪੋਰਟੈਂਟ ਇਹ ਆ ਕਿ ਜਦੋਂ ਇਹਨੇ ਸਭ ਕੁਛ ਕੀਤਾ, ਕਿਆ ਇਹਦੇ ਨਾਲ ਹੋਰ ਵੀ ਲੋਕ ਸੀਗੇ, ਕਿਆ ਕੋਈ ਇਹਨੂੰ ਕਿਸੇ ਤਰੀਕੇ ਨਾਲ ਉਕਸਾ ਕੇ ਲੈ ਕੇ ਆਇਆ ਸੀ, ਕਿਸੇ ਤਰੀਕੇ ਨਾਲ ਸਾਜਿਸ਼ ਦੇ ਤਹਿਤ ਕੀ ਕਹਿ ਕੇ ਲੈ ਕੇ ਆਇਆ ਸੀਗਾ, ਔਰ ਉਸ ਤੋਂ ਬਾਅਦ ਕੀ ਹੋਇਆ ਉੱਥੇ ਘਟਨਾਕ੍ਰਮ ਘਟਿਆ, ਇਹ ਸਾਰੀਆਂ ਗੱਲਾਂ CCTV ਔਰ ਬਾਕੀ ਸਾਰੀ ਪੜਤਾਲ ਦਾ ਹਿੱਸਾ ਨੇ। ਪਰ ਇੱਕ ਗੱਲ ਤੇ ਪੱਕੀ ਆ ਕਿ ਇਹਦਾ ਰਾਜਨੀਤਿਕ ਤੌਰ ਦੇ ਉੱਤੇ ਕੋਈ ਨਾ ਕੋਈ ਕਿਸੇ ਨੂੰ ਲਾਭ ਜਾਂ ਹਾਨੀ ਦੇਣ ਦਾ ਪਰਪਸ ਜ਼ਰੂਰ ਹੈ ਇਸ ਘਟਨਾ ਦੇ ਨਾਲ, ਜ਼ਰੂਰ ਹੈ। ਮੈਂ ਨਹੀਂ ਕਹਿ ਸਕਦਾ ਕਿਸ ਨੂੰ ਲਾਭ ਹੋਊਗਾ ਕਿਸ ਨੂੰ, ਲੇਕਿਨ ਕਿਸ ਪਰਪਸ ਲਈ, ਲੇਕਿਨ ਕਿਸੇ ਨੇ ਕਿਸੇ ਪਰਪਸ ਵਾਸਤੇ ਨੂੰ ਕੀਤਾ, ਇਹ ਡੀਪ ਰੂਟਿਡ ਕੰਸਪਿਰੇਸੀ ਆ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਸ਼ਾਇਦ ਸਭ ਤੁਹਾਡੇ ਧਿਆਨ 'ਚ ਹੋਵੇ ਜਾਂ ਨਾ ਹੋਵੇ, ਕੱਲ੍ਹ ਹੀ ਇੱਕ ਘਟਨਾ ਕਪੂਰਥਲਾ ਨੇੜੇ ਕਿਸੇ ਪਿੰਡ ਦੇ ਵਿੱਚ ਵਾਪਰੀ ਹੈ, ਜਿੱਥੇ ਇੱਕ ਵਿਅਕਤੀ ਜ਼ਬਰਦਸਤੀ, ਮੋਨਾ ਵਿਅਕਤੀ ਆ ਉਹ ਵੀ, ਉਹ ਕੰਧ ਟੱਪ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੁੰਦਾ, ਉਹ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ, ਫਿਰ ਜਿੱਥੇ ਸੁੱਖ ਆਸਣ ਹੈ ਉੱਥੇ ਚਲਾ ਜਾਂਦਾ, ਉੱਥੇ ਉਹਨੂੰ ਫੜ ਲਿਆ ਜਾਂਦਾ ਅਤੇ ਉਹ ਬੰਦਾ ਹੁਣ ਗ੍ਰਿਫਤ 'ਚ ਹੈ, ਉਹ ਜਿਉਂਦਾ ਵੀ ਹੈ। ਇਹ ਤਾਂ ਖੈਰ ਮਰ ਗਿਆ ਕਿਉਂਕਿ ਇਹਨੂੰ ਸੋਧਾ ਲਾ ਦਿੱਤਾ ਗਿਆ ਸਿੱਖ ਸੰਗਤ ਨੇ ਰੋਸ ਵਜੋਂ, ਪਰ ਉਸ ਵਿਅਕਤੀ ਦੇ ਕੋਲੋਂ ਇੱਕ ਲੋਕਲ ਕਪੂਰਥਲਾ ਦੇ ਹਿੰਦੂ ਪਰਿਵਾਰ ਦੇ ਬੱਚਿਆਂ ਦੇ ਸਕੂਲ ਦੇ ਆਈ ਕਾਰਡ ਬਰਾਮਦ ਹੋਏ ਨੇ, ਕੁਝ ਇੱਕ ਧਾਰਮਿਕ ਚੀਜ਼ਾਂ ਵੀ ਬਰਾਮਦ ਹੋਈਆਂ ਨੇ, ਅਤੇ ਉਸਨੇ ਇਹ ਗੱਲ ਕਹੀ ਹੈ ਕਿ ਉਹ ਦਿੱਲੀ ਤੋਂ ਆਇਆ ਹੈ ਅਤੇ ਉਸਦੀ ਭੈਣ ਵੀ ਬੇਅਦਬੀ ਕਰਦੀ ਸੀ ਅਤੇ ਉਹ ਮਾਰੀ ਗਈ। ਇਹ ਉਹਦਾ ਹੁਣ ਤੱਕ ਦਾ ਜੋ ਸਾਹਮਣੇ ਆਇਆ, ਉਹਦੀ ਵੀਡੀਓ ਜੋ ਵਾਇਰਲ ਹੋ ਰਹੀ ਹੈ, ਜਿਸ ਤੋਂ ਲੱਗ ਰਿਹਾ ਕਿ ਕਾਫੀ ਗਿਣਤੀ 'ਚ ਵਿੱਚ ਜਿਹੜਾ ਹੈਗਾ ਜੇ ਸਾਜਿਸ਼, ਤੁਸੀਂ ਵੀ ਮੰਨਿਆ ਕਿ ਸਾਜਿਸ਼ ਹੋ ਸਕਦੀ ਹੈ, ਕੀ ਲੱਗਦਾ ਹੈ ਕਿ ਪੰਜਾਬ ਨੂੰ ਜਿਹੜਾ ਹੈਗਾ ਜ਼ਿਆਦਾ ਦੁਬਾਰਾ ਡਿਸਟਰਬ ਕਰਨ ਦੀ ਕੋਸ਼ਿਸ਼ ਕੋਈ ਤਾਕਤ ਕਰ ਰਹੀ ਹੈ? ਨਹੀਂ ਦੇਖੋ, ਮੈਂ ਇਹ ਬੇਅਦਬੀ ਦੀ ਘਟਨਾ ਦੀ ਜਾਣਕਾਰੀ ਮੈਨੂੰ ਹੁਣੇ ਸਵੇਰੇ ਅੱਜ ਤੱਕ ਤੋਂ TV ਤੋਂ ਜਾਣਕਾਰੀ ਮਿਲੀ ਜੀ, ਮੈਨੂੰ ਇਹ ਕੱਲ ਤੱਕ ਨਹੀਂ ਸੀ ਇਸ ਦੀ ਜਾਣਕਾਰੀ, ਲੇਕਿਨ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਪੂਰਥਲਾ ਦੀ ਹਾਂਜੀ, ਮੈਨੂੰ ਉਹਦੀ ਜਾਣਕਾਰੀ ਨਹੀਂ ਸੀ ਸਵੇਰੇ ਅੱਜ ਤੱਕ ਤੋਂ ਪਹਿਲੇ। ਜਿਵੇਂ ਮੈਂ ਪਹਿਲਾਂ ਦੱਸ ਰਿਹਾ ਕਿ ਇਹਦੇ ਪਿੱਛੇ ਕੋਈ ਤੇ ਹੈ, ਉਹਦਾ ਪਰਪਸ ਕੀ ਆ ਇਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਦੋਂ ਤੱਕ ਉਹਦੇ ਤੱਤ ਸਾਹਮਣੇ ਨਹੀਂ ਆਉਂਦੇ। ਉਹਦਾ ਪਰਪਸ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਨੂੰ ਹਾਨੀ ਜਾਂ ਕਿਸੇ ਦਾ ਫਾਇਦਾ ਕਰਨਾ, ਇਹ ਤੇ ਨਹੀਂ, ਪਰਮਾਤਮਾ ਹੀ ਜਾਣਦਾ, ਲੇਕਿਨ ਕਿਸੇ ਨਾ ਕਿਸੇ ਪਰਪਸ ਦੇ ਨਾਲ ਇਹਨੂੰ ਕੀਤਾ ਜਾ ਰਿਹਾ। ਡੈਫੀਨੇਟਲੀ ਪੰਜਾਬ ਦੀ ਕਮਿਊਨਿਟੀ
ਸਿੱਖ ਭਾਈਚਾਰੇ ਦਾ ਜੋ ਅੱਜ ਤੱਕ ਦਾ ਵਤੀਰਾ ਰਿਹਾ ਬਾਕੀ ਧਰਮਾਂ ਦੇ ਲੋਕਾਂ ਦੇ ਨਾਲ, ਉਹਨਾਂ ਨੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰੀ, ਪੰਜਾਬ ਅੰਦਰ ਕਦੀ ਕੋਈ ਘਟਨਾ ਨਹੀਂ ਹੋਣ ਦਿੱਤੀ, ਕੋਈ ਹਾਲਾਤ ਨਹੀਂ ਵਿਗੜਨ ਦਿੱਤੇ, ਇਹ ਬਹੁਤ ਵੱਡਾ ਕ੍ਰੈਡਿਟ ਆ ਕਮਿਊਨਿਟੀ ਨੂੰ ਜੀ। ਹੁਣ ਸਾਡਾ ਜਿਹੜਾ ਨੇੜਲਾ ਮੁਲਕ ਆ ਉਹ ਵੀ ਆਪਾਂ ਜਾਣਦੇ ਕਿ ਕਿਸ ਤਰੀਕੇ ਹਰ ਵੇਲੇ ਅਨਰੈਸਟ ਚਾਹੁੰਦਾ ਹੈ ਪੰਜਾਬ 'ਚ ਰਹੇ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਹੈ ਜੀ। ਹੁਣ ਇਹਦੇ ਪਿੱਛੇ ਕੋਈ ਕੋਈ ਮੁਲਕ ਆ, ਇਹਦੇ ਪਿੱਛੇ ਕੋਈ ਅੰਦਰੋਂ ਕੋਈ ਪਾਰਟੀ ਆ, ਇਹਦੇ ਪਿੱਛੋਂ ਕੋਈ ਇੰਡੀਵਿਜੁਅਲ ਆ, ਪਰ ਕੋਈ ਨਾ ਕੋਈ ਇਹਦੇ ਪਿੱਛੇ ਜ਼ਰੂਰ ਆ। ਮੈਂ ਇਹ ਜ਼ਰੂਰ ਕਹਿ ਸਕਦਾ ਕਿ ਇਹਨੂੰ ਆਈਸੋਲੇਟਡ ਕਰਕੇ ਇਸ ਘਟਨਾ ਨੂੰ ਨਹੀਂ ਦੇਖਿਆ ਜਾ ਸਕਦਾ, ਇਹਦੇ ਪਿੱਛੇ ਬਹੁਤ ਵੱਡੀ ਗਹਿਰੀ ਸਾਜਿਸ਼। ਮੇਰਾ ਆਖਰੀ ਸਵਾਲ ਹੈ ਸਰਸਾ ਸਾਹਿਬ, ਤੁਸੀਂ ਜਦੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਛੱਡੀ ਸੀ ਅਤੇ ਭਾਰਤੀ ਜਨਤਾ ਪਾਰਟੀ 'ਚ ਤੁਸੀਂ ਆਫੀਸ਼ਲੀ ਸ਼ਾਮਲ ਹੋਏ ਸੀ, ਤਾਂ ਤੁਸੀਂ ਇੱਕ ਵੱਡਾ ਤਰਕ ਜਾਂ ਵੱਡਾ ਕਾਰਨ ਸੰਗਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਸਿੱਖਾਂ ਦੇ ਮਸਲਿਆਂ ਨੂੰ ਮੌਕੇ ਦੀ ਸਰਕਾਰ 'ਚ ਵੱਡੇ ਪੱਧਰ ਦੇ ਉੱਤੇ ਚੁੱਕਣਾ ਚਾਹੁੰਦੇ ਹੋ, ਪਰ ਇਹ ਮਸਲਾ ਬਹੁਤ ਵੱਡਾ ਅਚਾਨਕ ਹੀ ਇਤਫਾਕਵਸ ਸਾਹਮਣੇ ਆ ਗਿਆ ਹੈ, ਕੀ ਸਿਰਫ ਇਹ ਬਿਆਨਬਾਜ਼ੀ ਤੱਕ ਹੀ ਸੀਮਿਤ ਰਹੇਗਾ? ਹੋ ਸਕਦਾ ਤੁਹਾਨੂੰ ਮੇਰਾ ਸਵਾਲ ਥੋੜ੍ਹਾ ਜਿਹਾ ਸਖਤ ਲੱਗੇ, ਕੀ ਸਿਰਫ ਇਹ ਬਿਆਨਬਾਜ਼ੀ ਤੱਕ ਹੀ ਸੀਮਿਤ ਰਹੇਗਾ, ਜਾਂ ਤੁਸੀਂ ਆਪਣੇ ਜੋ ਵਚਨ ਨੇ, ਤੁਹਾਡੇ ਸ਼ਬਦ ਨੇ ਕਿ ਤੁਸੀਂ ਸਿੱਖਾਂ ਦੇ ਮਸਲਿਆਂ ਨੂੰ ਵੱਡੇ ਪੱਧਰ 'ਤੇ ਚੁੱਕੋਗੇ? ਇਹ ਸਵਾਲ ਰੈਲੇਵੈਂਟ ਸਿੱਖਾ ਸਾਹਿਬ ਇਸ ਕਰਕੇ ਹੈ ਕਿਉਂਕਿ ਕੇਂਦਰ ਦੇ ਹੱਥੀ ਬੜੀਆਂ ਖੁਫੀਆ ਤੰਤਰ ਦੀਆਂ ਏਜੰਸੀਆਂ ਨੇ, ਖੁਫੀਆ ਤੰਤਰ ਹੈ ਕਿ ਉਹ ਬੜੀ ਜਲਦੀ ਜਿਹੜਾ ਹੈਗਾ ਇਸ ਚੀਜ਼ ਨੂੰ ਫੜ ਸਕਦਾ ਹੈ ਕੇਂਦਰ। ਜੇਕਰ ਗ੍ਰਹਿ ਮੰਤਰੀ ਸਾਹਿਬ ਨੇ ਤੁਹਾਨੂੰ ਭਰੋਸਾ ਜ਼ਬਾਨੀ ਤੌਰ 'ਤੇ ਦਿੱਤਾ ਹੈ, ਤਾਂ ਕੀ ਲੱਗਦਾ ਹੈ ਕਿ ਆਉਂਦੇ ਦਿਨਾਂ 'ਚ ਅਸੀਂ ਉਮੀਦ ਕਰੀਏ, ਜਾਂ ਪੂਰੀ ਦੁਨੀਆ 'ਚ ਵੱਸਦੀ ਸਿੱਖ ਸੰਗਤ, ਬਾਬਾ ਨਾਨਕ ਨੇਵਾ ਨਾਮ ਲੇਵਾ ਸੰਗਤ, ਇਹ ਉਮੀਦ ਕਰ ਸਕਦੀ ਹੈ ਕਿ ਤੁਸੀਂ ਪ੍ਰਾਇਓਰਟੀ 'ਤੇ ਰੱਖੋਗੇ ਹੁਣ ਇਸ ਇਸ਼ੂ ਨੂੰ? ਨਹੀਂ ਦੇਖੋ, ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ, ਮੈਨੂੰ ਕੋਈ ਕੜਵਾ ਨਹੀਂ ਲੱਗੇਗਾ, ਕਿਉਂਕਿ ਦੇਖੋ ਆਖਰ ਅਸੀਂ ਜਵਾਬਦੇ ਹੀ ਹਾਂ ਜੀ। ਅੱਜ ਇੱਥੋਂ ਤੱਕ ਪਹੁੰਚੇ ਹਾਂ ਤੇ ਉਹ ਆਪ ਜੀ ਦੇ ਸੰਗਤ ਦੇ ਆਸ਼ੀਰਵਾਦ ਸਦਕੇ ਔਰ ਆਪ ਜੀ ਦੀਆਂ ਬਲੈਸਿੰਗ ਔਰ ਆਪ ਦੇ ਸਾਥ ਸਦਕੇ ਅਸੀਂ ਪਹੁੰਚੇ ਜੀ। ਜੋ ਕੁਛ ਵੀ ਮੇਰੇ ਕੋਲ ਆ, ਮੇਰੇ ਕੋਲ ਨਾ ਕੋਈ ਮੇਰੇ ਬਾਪ ਦਾਦੇ ਦੀ ਵਿਰਾਸਤ ਆ, ਨਾ ਮੈਂ ਤੇ ਜੋ ਵੀ ਕਮਾਈ ਕੀਤੀ ਆਪਣੇ ਸੰਗਤ ਦੇ ਚਰਨ ਪਰਸ ਕੇ ਕੀਤੀ ਆ, ਸੰਗਤ ਦੇ ਚਰਨ ਧੋ ਕੇ ਕੀਤੀ ਆ। ਮੈਂ ਇਹ ਜ਼ਰੂਰ ਦਾਅਵੇ ਨਾਲ ਕਹਿ ਸਕਦਾ ਹੈ, ਵਿਸ਼ਵਾਸ ਨਾਲ ਕਹਿ ਸਕਦਾ ਹੈ, ਜੇਕਰ ਪੰਜਾਬ ਸਰਕਾਰ ਇਸ ਨੂੰ ਕਿਸੇ ਏਜੰਸੀ ਨੂੰ ਸੈਂਟਰ ਏਜੰਸੀ ਦੇਣੀ ਚਾਹੂਗੀ ਤਾਂ ਇਮੀਡੀਏਟਲੀ ਉਹਨੂੰ ਐਕਸੈਪਟ ਕਰਾਵਾਂਗੇ ਸਾਡਾ ਕੰਮ। ਕਿਉਂਕਿ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਜੋ ਪੰਜਾਬ ਦਾ ਸੰਵਿਧਾਨ ਔਰ ਦੇਸ਼ ਦਾ ਸੰਵਿਧਾਨ ਆ, ਕਈ ਸਟੇਟਾਂ ਦੇ ਅੰਦਰ CBI ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ ਉਹ ਕਾਰਵਾਈ ਕਰ ਸਕਦੀ ਹੈ, ਲੇਕਿਨ ਪੰਜਾਬ ਦੇ ਸੰਵਿਧਾਨ ਦੇ ਅੰਦਰ ਸਟੇਟ ਨੇ ਅਲਾਓ ਨਹੀਂ ਕੀਤਾ ਹੋਇਆ। ਪਿਛਲੇ ਮੁੱਖ ਮੰਤਰੀ ਸਾਹਿਬ ਨੇ ਇਹ ਕੀਤਾ ਸੀਗਾ ਜੀ। ਨਹੀਂ, ਇੰਡੀਵਿਜੁਅਲ ਕੇਸ ਕਰਨਾ ਪੈਂਦਾ। ਨਹੀਂ, ਮੈਂ ਤੁਹਾਨੂੰ ਦੱਸਾਂ, ਕੇਸ ਰੈਫਰ ਕਰਨਾ ਪੈਂਦਾ। ਜੇ ਪੰਜਾਬ ਦੀ ਸਰਕਾਰ ਇਸ ਕੇਸ ਨੂੰ ਰੈਫਰ ਕਰਨਾ ਚਾਹੂਗੀ ਤੇ ਡੈਫੀਨੇਟਲੀ ਇਸ ਨੂੰ ਇਨਵੈਸਟੀਗੇਟ ਕਰਨਾ ਕੇਂਦਰ ਸਰਕਾਰ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਔਰ ਅਸੀਂ ਉਸਨੂੰ ਇੰਸ਼ੋਰ ਕਰਾਂਗੇ। ਤੁਸੀਂ ਜਿਵੇਂ ਕਿਹਾ ਕਿ ਖਾਲੀ ਬਿਆਨਬਾਜ਼ੀਆਂ ਤੱਕ ਨਾ ਰਹਿ ਜੀ, ਇਹੀ ਇੱਕ ਬਹੁਤ ਵੱਡਾ ਇਸ਼ੂ ਅੱਜ ਸਿੱਖਾਂ ਦੇ ਸਾਹਮਣੇ ਆ, ਕਿਉਂਕਿ ਜਦੋਂ ਵੀ ਕੋਈ ਪਾਰਟੀ ਹੁੰਦੀ ਆ, ਸਰਕਾਰ ਹੁੰਦੀ ਆ, ਉਹ ਕੇਵਲ ਔਰ ਕੇਵਲ ਆਪਣੀ ਰਿਟੋਰਿਕ ਮਤਲਬ ਜ਼ੋਰ ਨਾਲ ਬੋਲਬਾਲ ਤੇ ਦਿੰਦੇ ਨੇ, ਲੇਕਿਨ ਉਸ ਤੋਂ ਬਾਅਦ ਉਸ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਮੈਂ ਖਾਲੀ ਇਸ ਗੱਲ ਦੀ ਕੇਵਲ ਇੱਕ ਇੱਕ ਪਰਟੀਕੁਲਰ ਕੇਸ ਦੀ ਗੱਲ ਨਹੀਂ ਕਰ ਰਿਹਾ, ਪਰ ਮੈਂ ਇਸ ਦੇ ਇਲਾਵਾ ਵੀ ਜਿਹੜੇ 60-70 ਸਾਲ ਤੋਂ ਲਟਕਦੇ ਹੋਏ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕੇਵਲ ਔਰ ਕੇਵਲ ਹਰ ਇਲੈਕਸ਼ਨ ਦੇ ਉੱਤੇ ਆ ਕੇ ਬਿਆਨਬਾਜ਼ੀ ਹੁੰਦੀ ਆ ਔਰ ਰਾਜਨੀਤੀ ਕੀਤੀ ਜਾਂਦੀ ਆ, ਮੇਰਾ ਪਰਪਸ ਆ ਉਹਨਾਂ ਸਭ ਨੂੰ ਹੱਲ ਕਰਨਾ, ਔਰ ਮੈਂ ਤੁਹਾਨੂੰ ਇਹ ਬੜੇ ਵਚਨਬੱਧਤਾ ਕਰਕੇ ਤੁਹਾਡੇ ਟੀਵੀ ਚੈਨਲ ਤੇ ਸਕਾਈ ਨਿਊਜ਼ ਤੇ ਸਾਰੇ ਸੁਣਨ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਔਰ ਦੱਸਣਾ ਚਾਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜਲਦੀ ਤੁਸੀਂ ਦੇਖੋਗੇ ਕਿ ਉਹ ਮਸਲੇ ਜਿਨ੍ਹਾਂ ਨੂੰ ਐਵੇਂ ਲਟਕਾਇਆ ਜਾਂਦਾ ਸੀਗਾ ਕੇਵਲ ਰਾਜਨੀਤੀ ਦੀ ਇਲੈਕਸ਼ਨ ਤੇ ਆਉਣ ਦੇ ਉੱਤੇ ਫਿਰ ਬਿਆਨਬਾਜ਼ੀ ਦੇ ਦਿੱਤੀ ਜਾਂਦੀ ਸੀਗੀ, ਉਹਨਾਂ ਚੀਜ਼ਾਂ ਨੂੰ ਵੀ ਕਿੰਨੀ ਜਲਦੀ ਹੱਲ ਕੀਤਾ ਜਾ ਸਕਦਾ ਸੀ ਜੇ ਇੰਟੈਂਸ਼ਨ ਹੁੰਦੀ, ਉਹ ਆਪਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਰਕੇ ਦਿਖਾਵਾਂਗੇ। ਜੀ ਸਰਸਾ ਸਾਹਿਬ, ਮੁੱਦਾ ਕਿਉਂਕਿ ਬੜਾ ਸੰਵੇਦਨਸ਼ੀਲ ਹੈ, ਧਾਰਮਿਕ ਹੈ, ਇਸ ਕਰਕੇ ਮੈਂ ਸੀਮਤ ਜਿਹੜੀ ਗੱਲਬਾਤ ਹੈ ਇੱਥੋਂ ਤੱਕ ਕਰ ਰਿਹਾ, ਪਰ ਮੇਰਾ ਸਵਾਲ ਮੇਰੇ ਕੋਲ ਹਾਲੇ ਬਹੁਤ ਸੀਗੇ ਤੁਹਾਡੇ ਵਾਸਤੇ, ਖਾਸ ਕਰ ਪੰਜਾਬ 'ਚ ਗੱਠਜੋੜ ਨੂੰ ਲੈ ਕੇ, ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਨਾਲ, ਜਾਂ ਅਗਲੀ ਜੋ ਚੋਣਾਂ ਨੇ ਉਹਨਾਂ ਨੂੰ ਲੈ ਕੇ। ਜ਼ਰੂਰ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਸਕਾਈ ਨਿਊਜ਼ ਨੂੰ ਦੁਬਾਰਾ ਫਿਰ ਸਮਾਂ ਦਿਓਗੇ, ਤੁਸੀਂ ਤੁਹਾਨੂੰ ਮਿਲ ਕੇ, ਜਾਂ ਫਿਰ ਇਸ ਤਰ੍ਹਾਂ ਆਪਾਂ ਜ਼ਰੂਰ ਜਨਤਾ ਦੇ ਸਾਹਮਣੇ ਤੁਹਾਡੇ ਦਿਲ ਦੀ ਗੱਲ ਰੱਖਾਂਗੇ। ਹਾਲ ਦੀ ਘੜੀ ਸਾਡੇ ਨਾਲ ਜੁੜਨ ਵਾਸਤੇ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ।